ਸਾਰੇ ਸੱਜਣਾਂ ਨੂੰ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵੀ ਵੀਰ ਆਪਣਾ ਯੂਟਿਊਬ ਚੈਨਲ ਸੁਖਪ੍ਰੀਤ ਬਰਾੜ ਕੋਠੇ ਦੇਖ ਰਹੇ ਆ, ਸਾਰੇ ਸੱਜਣਾਂ ਦਾ ਆਪਣੇ ਚੈਨਲ 'ਤੇ ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਵੀ ਸਾਰੇ ਸੱਜਣ ਠੀਕ ਹੋਵੋਗੇ। ਸੱਜਣੋ, ਅੱਜ ਨਾ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਇੱਕ ਨੁਗਰੀ ਘੋੜੀ। ਜਿਨ੍ਹਾਂ ਬੰਦਿਆਂ ਨੂੰ ਗਰੰਟਡ ਨੁਗਰੇ ਬੱਚੇ ਪੈਦਾ ਕਰਨ ਵਾਸਤੇ ਘੋੜੀ ਚਾਹੀਦੀ ਸੀ, ਅਤੇ ਉਹਨਾਂ ਵਾਸਤੇ ਵੀਡੀਓ ਇਹ ਬੜੀ ਵਧੀਆ ਗਾ। ਅਤੇ ਘੋੜੀ ਗਰੰਟਡ ਨੁਗਰੇ ਬੱਚੇ ਪੈਦਾ ਕਰਨ ਵਾਲੀ ਹੈ, ਕਿਉਂਕਿ ਘੋੜੀ ਖੁਦ ਆਪ ਨੁਗਰੀ ਹੈ। ਅਤੇ ਜਾਇਜ਼ ਜਿਹਾ ਰੇਟ ਆ, ਜਾਇਜ਼ ਜਿਹੇ ਰੇਟ 'ਚ ਜਿਨ੍ਹਾਂ ਨੂੰ ਨੁਗਰੀ ਘੋੜੀ ਚਾਹੀਦੀ ਸੀਗੀ ਉਹਨਾਂ ਸੱਜਣਾਂ ਦੀ ਆਪਾਂ ਅੱਜ ਭਾਲ ਖਤਮ ਕਰਤੀ। ਅਤੇ ਨਾਲ ਬਾਈ ਜਾਇਜ਼ ਜਿਹੇ ਰੇਟ 'ਚ ਹੀ ਘੋੜੀ ਦੇ ਨਾਲ ਨੁਗਰਾ ਸਪੋਰਟਲੈਸ ਵਛੇਰਾ। ਘੋੜੀ ਦੀ ਡਿਟੇਲ ਬਾਰੇ ਗੱਲਬਾਤ ਫੇਰ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਵੀ ਆਪਣਾ ਚੈਨਲ ਸੁਖਪ੍ਰੀਤ ਬਰਾੜ ਕੋਠੇ ਜ਼ਰੂਰ ਸਬਸਕ੍ਰਾਈਬ ਕਰ ਲਓ, ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ, ਕਿਉਂਕਿ ਆਪਾਂ ਰੋਜ਼ ਕੋਈ ਨਾ ਕੋਈ ਜਾਨਵਰ ਦੀ ਵੀਡੀਓ ਪਾਉਂਦੇ ਹਾਂ, ਉਹ ਤੁਹਾਡੇ ਤੱਕ ਪਹੁੰਚ ਸਕਣ। ਅਤੇ ਨਾਲ ਹੀ ਜਿਨ੍ਹਾਂ ਸੱਜਣਾਂ ਨੇ ਆਪਦੇ ਜਾਨਵਰ ਦੀ ਐਡ ਲਵਾਉਣੀ ਹੈ, ਅਤੇ ਉਹ ਆਪਣਾ ਵਟਸਐਪ ਨੰਬਰ ਵੀਡੀਓ ਦੇ ਸ਼ੁਰੂ 'ਚ ਅਤੇ ਵੀਡੀਓ ਦੇ ਐਂਡ 'ਚ ਹੁੰਦਾ, ਉਸ ਨੰਬਰ 'ਤੇ ਜਾਨਵਰ ਦੀਆਂ ਫੋਟੋ ਵੀਡੀਓ ਅਤੇ ਸਾਰੀ ਡਿਟੇਲ ਭੇਜ ਦੇਣਾ। ਹੁਣ ਕਰਦੇ ਹਾਂ ਆਪਾਂ ਘੋੜੀ ਬਾਰੇ ਗੱਲਬਾਤ। ਘੋੜੀ ਦੀ ਉਮਰ ਹੈਗੀ ਹੈ ਜੀ 8-9 ਸਾਲ ਦੀ ਘੋੜੀ ਹੈ। ਅਤੇ ਮਾਲਕਾਂ ਨੇ ਆਪਾਂ ਨੂੰ ਦੱਸਿਆ ਵੀ ਪਹਿਲਾਂ ਹੀ ਦੱਸ ਦਿਓ ਵੀ ਘੋੜੀ 'ਚ ਥੋੜ੍ਹਾ ਜਿਹਾ ਲੱਕਾ ਪਾਉਣਾ, ਸਵਾਰੀ ਜ਼ਿਆਦਾ ਕਰਨ ਕਾਰਨ ਘੋੜੀ ਦੀ ਭੂੰਗ ਥੋੜ੍ਹਾ ਜਿਹਾ ਮੂਲੀ ਜਿਹਾ ਕੁੱਬ ਜ਼ਰੂਰ ਆ। ਅਤੇ ਪਰ ਘੋੜੀ ਬਾਕੀ ਸਾਰੀ ਸਾਫ ਆ, ਵਾਲ ਭਰਨਾ ਪੱਕਣ ਨੂੰ ਘੋੜੀ ਸਾਫ ਆ, ਅਤੇ ਬੱਚਾ ਵੀ ਵਾਲ ਭਰਨਾ ਦਾ ਸਾਫ ਆ। ਅਤੇ ਜੇ ਘੋੜੀ ਦੀ ਆਪਾਂ ਹੁਣ ਹਾਈਟ ਦੀ ਗੱਲ ਕਰੀਏ ਤਾਂ ਘੋੜੀ ਦੀ ਹਾਈਟ ਹੈਗੀ ਆ 58 ਇੰਚ। ਜਿਹੜਾ ਮਗਰ ਤੁਸੀਂ ਵਛੇਰਾ ਤੁਰਿਆ ਫਿਰਦਾ ਦੇਖਦੇ ਹੋ, ਇਹ ਘੋੜੀ ਦਾ ਰਿਜ਼ਲਟ ਆ ਬਾਈ ਜੀ, ਬਹੁਤ ਹੀ ਜ਼ਿਆਦਾ ਚੰਗਾ ਘੋੜੀ ਦਾ ਰਿਜ਼ਲਟ ਆ। ਉਹ ਵਛੇਰੇ ਦੀ ਗੱਲ ਕਰੀਏ ਤਾਂ ਵਛੇਰਾ ਹੈਗਾ ਹਾਥੀ ਘੋੜੇ ਦਾ ਪੋਤਾ, ਹਾਥੀ ਘੋੜਾ ਜਿਹੜਾ ਭਾਗਸਰ ਦਾ ਬੱਚਾ ਉਹਦਾ ਇਹ ਹਾਥੀ ਘੋੜੇ ਦਾ ਪੋਤਾ ਗਾ, ਬਹੁਤ ਹੀ ਜ਼ਿਆਦਾ ਚੰਗੇ ਘੋੜੇ ਦਾ ਬੱਚਾ। ਅਤੇ ਘੋੜੀ ਬਾਈ ਇਸ ਟਾਈਮ ਦੁਬਾਰੇ ਫਿਰ ਮਾਲਕਾਂ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਵੀ ਮਿਲਾਈ ਹੋਈ ਆ, ਅਜੇ ਚੈੱਕ 'ਚ ਆਉਂਦੀ ਨਹੀਂ ਗੀ। ਜੇ ਵੀ ਲੈਣ ਵਾਲੇ ਸੱਜਣਾਂ ਦੇ ਕਰਮਾਂ ਦੀ ਹੋ ਸਕਦਾ ਘੋੜੀ ਗੱਭਣ ਹੋਵੇ, ਤਾਂ ਦੋ ਜਾਨਵਰ ਤਾਂ ਘੋੜੀ ਅਤੇ ਵਛੇਰਾ ਚੈੱਕ ਉੱਤੋਂ ਗੱਭਣ ਹੋਈ ਤਾਂ ਬਾਈ ਜੀ ਪੂਰਾ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਊਗੀ। ਅਤੇ ਏਰੀਏ ਦੀ ਗੱਲ ਕਰੀਏ ਤਾਂ ਘੋੜੀ ਹੈ ਮਲੋਟ ਕੇ ਦੜਵਾ ਦੇ ਸੰਨ 'ਚ ਪਿੰਡ ਪੈ ਜਾਂਦਾ ਫਕਰ ਸਾਹਿਬ ਥੇੜੀ, ਉੱਥੇ ਹਰਪ੍ਰੀਤ ਸਿੰਘ ਕੋਲ ਘੋੜੀ ਖੜ੍ਹੀ ਆ, ਜਿਹੜਾ ਤੁਹਾਨੂੰ ਵੀਡੀਓ 'ਚ ਵੀ ਬਾਈ ਨਜ਼ਰ ਆ ਰਹੇ ਆ, ਉਹਨਾਂ ਦਾ ਨੰਬਰ ਵੀ ਸਕਰੀਨ 'ਤੇ ਚੱਲ ਰਿਹਾ ਗਾ, ਤੁਸੀਂ ਉੱਥੇ ਸੰਪਰਕ ਕਰ ਸਕਦੇ ਹੋ। ਅਤੇ ਘੋੜੀ ਦੀ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਅਤੇ ਉਹ ਤੁਹਾਨੂੰ ਨੰਬਰ 'ਤੇ ਮਿਲ ਜੂਗੀ। ਅਤੇ ਜਿਵੇਂ ਹੁਣ ਆਪਾਂ ਘੋੜੀ ਦੇ ਰੇਟ ਦੀ ਗੱਲ ਕਰੀਏ ਤਾਂ ਘੋੜੀ ਦਾ ਬੜਾ ਹੀ ਜਾਇਜ਼ਾ ਰੇਟ ਰੱਖਿਆ ਹੈਗਾ 1,20,000 ਰੁਪਇਆ। ਅਤੇ ਬਾਕੀ ਮਾਲਕ ਕਹਿੰਦੇ ਵੀ ਭਾਈ ਇਹਦੇ 'ਚ ਵੀ ਮਾਣ ਤਾਣ ਹੋ ਜੂਗਾ, ਜੇ ਕੋਈ ਬੰਦਾ ਆ ਕੇ ਬੈਠ ਕੇ ਸੌਦਾ ਕਰਦਾ ਗਾ ਅਤੇ ਉਸ 'ਚੋਂ ਵੀ ਮਾਣ ਤਾਣ ਹੋ ਜੂਗਾ। ਤਾਂ ਬਾਈ ਬਿਲਕੁਲ ਜਾਇਜ਼ ਰੇਟ ਦੀ ਘੋੜੀ ਆ, ਨਾਲ ਵਛੇਰਾ ਉੱਤੋਂ ਘੋੜੀ ਫਿਰ ਮਿਲੀ ਹੋਈ ਆ। ਅਤੇ ਜਿਹਨੇ ਵੀ ਲੈਣੀ ਆ ਉਹ ਨੰਬਰ 'ਤੇ ਸੰਪਰਕ ਕਰ ਸਕਦਾ, ਬਾਕੀ ਆਪਣਾ ਯੂਟਿਊਬ ਚੈਨਲ ਸੰਪਰਕ